ਹਾਂ ਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਦੀ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਉਸਮਾ, ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਪਹੁੰਚੇ ਹਾਂ ਵੀਰ ਰਾਜਵੀਰ ਸਿੰਘ ਹੋਣਾਂ ਦੇ ਕੋਲ। ਪਸ਼ੂ ਵਪਾਰ ਦਾ ਕੰਮ ਆ ਦੋਸਤੋ, ਅੱਜ ਵੀ ਤਕਰੀਬਨ ਚਾਰ ਪਸ਼ੂ ਤੁਹਾਨੂੰ ਦਿਖਾ ਦਾਂਗੇ। ਦੋ ਮੱਝਾਂ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ, ਦੋ ਗੱਭਣ। ਡਿਟੇਲ ਵੀਰ ਰਾਜਵੀਰ ਤੋਂ ਲੈ ਲਾਂਗੇ ਦੋਸਤੋ, ਠੀਕ ਆ ਜੀ। ਸੋ ਬਿਲਕੁਲ ਵੀਡੀਓ ਦੇ ਨਾਲ ਅੰਤ ਤੱਕ ਜ਼ਰੂਰ ਬਣੇ ਰਹੋ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਆ ਤੁਹਾਨੂੰ ਸਮਝ ਵਿੱਚ ਆ ਸਕੇ। ਪਸ਼ੂ ਦੋਸਤੋ ਵਿਕਰੀ ਵਾਲੇ ਇਸ ਘਰੇ ਆਉਂਦੇ ਜਾਂਦੇ ਰਹਿੰਦੇ ਆ, ਸੇਲ ਪਰਚੇਜ ਦਾ ਕੰਮ ਆ। ਸੋ ਸਮੇਂ ਸਮੇਂ ਨਾਲ ਤੁਸੀਂ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਜੀ, ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਕਰ ਦਿਆਂਗੇ, ਨੰਬਰਾਂ 'ਤੇ ਤੁਸੀਂ ਕਾਲ ਕਰ ਸਕਦੇ ਜੀ। ਅੱਜ ਦੋਸਤੋ 3 ਨਵੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਹਾਂ, ਮੋਰਨਿੰਗ 4 ਨਵੰਬਰ ਨੂੰ ਸੁਬਾਹ 6 ਵਜੇ ਵੀਡੀਓ ਨੂੰ ਅਪਲੋਡ ਕਰ ਦਿਆਂਗੇ। ਪਸ਼ੂ ਐਨੀਮਲ ਜਿਹੜਾ ਪਸੰਦ ਹੋਊਗਾ, ਸੋਏ ਸਵਾਏ ਪਸ਼ੂ ਦੀ 2 ਡੰਗ ਚੋਲੋ, ਚਵਾਈ 2 ਟਾਈਮ ਚੋਲੋ, 3 ਟਾਈਮ ਚੋਲੋ। ਗੱਬਣ ਪਸ਼ੂ ਆਪਣਾ ਤਿਪ ਕੇ ਤਸੱਲੀ ਜ਼ਰੂਰ ਕਰ ਲਿਓ, ਠੀਕ ਆ। ਅਤੇ ਬਿਲਕੁਲ ਉਸਮਾ ਪਿੰਡ ਦੋਸਤੋ ਟੋਲ ਪਲਾਜ਼ਾ, ਸੇਰੋਂ ਵਾਲਾ ਟੋਲ ਪਲਾਜ਼ਾ ਮੇਨ ਨਿਸ਼ਾਨੀ ਆ। ਮੇਨ ਨੈਸ਼ਨਲ ਹਾਈਵੇ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੋਂ ਚੜ੍ਹਦੇ ਪਾਸੇ ਵੱਲ ਕੋਈ 1.5 ਕਿਲੋਮੀਟਰ ਪਿੰਡ ਹੈਗਾ ਦੋਸਤੋ, ਠੀਕ ਆ। ਆਓ ਲੈਂਦੇ ਹਾਂ ਜਾਣਕਾਰੀ ਵੀਰ ਰਾਜਵੀਰ ਸਿੰਘ ਹੋਣਾਂ ਦੇ ਨਾਲ ਅਤੇ ਨਾਲ ਸੋਨਾ ਵੀਰ ਆ। ਸਭ ਤੋਂ ਪਹਿਲਾਂ ਰਾਜਵੀਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸੰਤ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸੋਨੇ ਭਾਈ ਕੀ ਹਾਲ ਨੇ? ਠੀਕ ਠਾਕ ਵਧੀਆ ਜੀ, ਤੁਸੀਂ ਸੁਣਾਓ? ਠੀਕ ਠਾਕ ਭਰਾ। ਅੱਛਾ ਰਾਜਵੀਰ, ਉਸ ਦਿਨ ਵੀ ਆਪਾਂ ਜਿਹੜੀ ਪਸ਼ੂ ਇੱਕ ਵੀਡੀਓ ਪਾਈ ਸੀਗੀ ਵੀਰੇ। ਹਾਂਜੀ ਹਾਂਜੀ, ਮੈਨੂੰ ਲੱਗਦਾ ਥੋੜ੍ਹੇ ਟਾਈਮ ਬਾਅਦ ਪਸ਼ੂ ਸੇਲ ਹੋ ਗਏ ਸੀਗੇ। ਹਾਂਜੀ ਬਾਜੀ, ਘੰਟੇ ਦੇ ਵਿੱਚ ਜੀ 5 ਮਹੀਆਂ ਸੀ ਅਤੇ 5 ਮਹੀਆਂ ਸੇਲ ਹੋ ਗਈਆਂ ਜੀ। ਠੀਕ ਆ ਜੀ। ਹਾਂਜੀ, ਰੇਟ ਪੜਤਾ ਵੀ ਚਲੋ ਜਾਇਜ਼ ਹੀ ਸੀਗਾ ਅਤੇ ਰੇਟ ਪੜਤਾ ਬਹੁਤ ਮਤਲਬ ਜਾਇਜ਼ ਸੀ ਸੰਧੂ ਸਾਹਿਬ। ਠੀਕ ਆ ਜੀ। ਅਤੇ ਅੱਜ ਭਰਾ ਪਸ਼ੂ ਆਪਣੇ ਕੋਲ 4 ਹੈ? ਹਾਂਜੀ 4 ਆ ਜੀ। 2 ਸੂਈਆਂ, 2 ਗੱਬਣ? 2 ਗੱਬਣਾਂ ਜੀ। ਠੀਕ ਹੈ ਜੀ। ਹਾਂਜੀ, ਅਤੇ ਅੱਜ ਵੀ ਬਿਲਕੁਲ ਰਾਇਤ ਜੇ ਰੱਖਣੇ ਮੁੱਲ? ਮੈਂ ਨਾ ਵੀ ਸੰਧੂ ਸਾਹਿਬ ਆਪਣੇ ਰੇਟ ਉਹੀ ਰਹਿਣੇ ਆ। ਠੀਕ ਆ ਜੀ। ਇਹ ਨਹੀਂ ਵੀ ਆਪਾਂ ਰੇਟ ਚੱਕ ਦੇਣੇ ਆ, ਮਾਲ ਵਿਕਣ ਲੱਗ ਪਿਆ ਤਾਂ ਇਹ ਕੰਮ ਨਹੀਂ। ਆਪਾਂ ਬਸ ਕਮਾਈ ਉਨੀ ਜਾਇਜ਼ ਹੀ ਰੱਖਣੀ ਆ। ਠੀਕ ਹੈ ਭਰਾ, ਜਾਇਜ਼ ਰੱਖਾਂਗੇ ਤਾਂ ਸੰਧੂ ਸਾਹਿਬ ਸਾਰੇ ਭੈਣ ਭਰਾ ਵੀ ਖੁਸ਼ ਰਹਿਣਗੇ। ਬਿਲਕੁਲ। ਹਾਂਜੀ, ਆਪਾਂ ਇਹ ਕਹਿੰਦੇ ਹਾਂ ਵੀ ਜੇ ਆਪਾਂ ਮੁਨਾਫਾ ਲੈਂਦੇ ਤਾਂ ਗਾਂਹ ਵੀ ਚਲੋ ਅਗਲਾ ਘਰ ਰੋਟੀ ਖਾਵੇ। ਬਿਲਕੁਲ ਜੀ। ਹਾਂਜੀ, ਤੇ ਜ਼ਰੂਰ ਜੀ, ਇਹ ਜ਼ਰੂਰੀ ਹੋਣਾ ਚਾਹੀਦਾ। ਬਿਲਕੁਲ ਬਿਲਕੁਲ ਸੰਧੂ ਸਾਹਿਬ, ਬਿਲਕੁਲ ਜਿੰਨਾ ਕੁ ਰਾਇਆ ਤਾਂ ਜਿੰਨਾ ਕੁ ਜਾਇਜ਼ ਪਸ਼ੂ ਕਿਸੇ ਮਿਲੂਗਾ ਭੈਣ ਭਰਾ ਨੂੰ, ਠੀਕ ਆ। ਤੇ ਆ ਜਾਓ ਪਹਿਲੇ ਨੰਬਰ ਤੋਂ ਰਾਜਵੀਰ ਸਟਾਰਟ ਕਰ ਲਈਏ। ਹਾਂਜੀ ਵੀਰ ਜੀ, ਕਿਹੜੇ ਪਸ਼ੂ ਤੋਂ ਸਟਾਰਟ ਕਰਦੇ ਪਏ ਆ? ਆ ਨੀਲੀ ਦੀ ਝੋਟੀ ਆ ਜੀ। ਨੀਲੀ? ਹਾਂਜੀ, ਠੀਕ ਆ। ਨੀਲੀ ਦੀ ਮੱਝ ਆ ਗਈ? ਹਾਂਜੀ ਮੱਝ। ਇੱਕ ਤਾਂ ਪੀਸ, ਇੱਕ ਤਾਂ ਨਗ, ਪੱਕਾ ਹੀ ਪੱਕਾ ਪੱਕਾ ਜੀ ਪੱਕਾ। ਕੋਸ਼ਿਸ਼ ਇਹ ਕਰੀ ਦੀ ਆ ਵੀ ਸਾਨੂੰ ਵੱਧ ਪਾਈਏ, ਪਰ ਮਿਲਦੀ ਥੋੜੀ ਜਿਹੀ ਘੱਟ ਆ। ਬਿਲਕੁਲ। ਹਾਂਜੀ, ਤੇ ਸੂਆ ਵੀਰ ਕਿਨਵਾ ਸੁਣ ਜਾ ਰਹੀ ਆ? ਸੰਧੂ ਸਾਹਿਬ ਦੂਜੇ ਸੂਏ ਮੈਂ ਜੇ। ਅੱਛਾ ਜੀ। ਹਾਂਜੀ, ਲਓ ਜੀ ਦੂਜਾ ਸੂਆ ਦੋਸਤੋ, ਨੀਲੀ ਰਾਵੀ ਦੀ ਮੱਝ ਤੁਹਾਨੂੰ ਦਿਖਾ ਰਹੇ ਆ। ਬਾਕੀ ਕੋਈ ਆਪਣੀ ਸਮਝ ਵੀ ਮੰਨ ਸਕਦਾ ਵਾ, ਕਿਉਂਕਿ ਤੁਹਾਨੂੰ ਪਤਾ ਘਰ ਜੀ ਦੇ ਚੱਲ ਜੀਏ, ਉਹ ਦੂਜੇ ਤੋਂ ਤਾਂ ਨਹੀਂ ਜੇ ਦੱਸਦਾ। ਬਿਲਕੁਲ, ਐਂਡ ਤਾਂ ਕਿ ਪੁੱਛ ਲਿਓ ਕਿਸੇ ਨੂੰ ਕਹਿਣਾ, ਉਹਨੇ ਕਹਿਣਾ ਭਾਈ ਦੂਜੇ ਹੀ ਆ। ਅੱਛਾ ਜੀ। ਹਾਂਜੀ ਬਿਲਕੁਲ ਜੀ, ਬਾਕੀ ਚਲੋ ਅੱਗੇ ਹਰ ਇੱਕ ਦੀ ਆਪੋ ਆਪਣੀ ਸਮਝ ਆ। ਬਿਲਕੁਲ ਬਿਲਕੁਲ, ਦੂਜਾ ਸੂਆ ਵੀ ਕੋਈ ਵੀਰ ਮੰਨ ਕੇ ਲੈ ਕੇ ਜਾ ਸਕਦਾ। ਬਿਲਕੁਲ ਪਿੰਡ ਦੀਆਂ ਦੋਸਤੋ, ਚਮਕਦਮ ਕਪੂਰੀ ਮੈਂ ਨਾ ਸੰਧੂ ਸਾਹਿਬ ਇੱਧਰ ਦੇਖੋ, ਆ ਲਓ, ਠੀਕ ਆ। ਤੇ ਅੱਛਾ, 1000 ਕੀ ਚਮੜੀ ਆ ਜੀ? ਦਿਨ ਕਿੰਨੇ ਕੁ ਲੈ ਜੂ ਸੰਧੂ ਸਾਹਿਬ? ਇਹ ਤੇ 15 ਤਰੀਕ ਨੂੰ ਦੇਣ ਪੂਰੇ ਆ। 15 ਨਵੰਬਰ ਨੂੰ ਜੀ? ਹਾਂਜੀ ਹਾਂਜੀ, ਇਹ 10 ਦਿਨ ਦੀ ਮੈਂ ਕੱਚੀ ਆ। ਹਜੇ 10 ਦਿਨ ਲੈਂਦੀ ਆ? ਵੇਖ ਲਓ ਤੁਹਾਡੇ ਸਾਹਮਣੇ ਸਾਰੀਆਂ ਨਿਸ਼ਾਨੀਆਂ ਐ ਏ ਟੂ ਲੈ ਕੇ ਜੜ। ਮੈਂ ਨਾ ਫਿਰ ਬਣੂਗਾ ਕੀ ਜੇ 10 ਦਿਨ ਲੈ ਗਈ? ਮੈਂ ਨਾ ਸੰਧੂ ਸਾਹਿਬ, ਤੁਸੀਂ ਆਪ ਹੀ ਹਿਸਾਬ ਲਾ ਲਓ, ਲੈ ਮੈਂ ਤਾਂ ਕੋਈ ਪੁਰਾਣੀ ਵੀ ਲਣਵਾਇਆ, ਲਿਖਤੀ ਉਹਨਾਂ ਵਿਖਾਇਆ ਬੰਦਿਆਂ ਨੇ। ਅੱਛਾ ਜੀ। ਹਾਂਜੀ, ਲਓ ਵੀ ਦੋਸਤੋ, ਮਾਰਕਿੰਗ 4 ਪੈਰ ਬਿਲਕੁਲ ਖੁੱਚਾਂ ਤੱਕ, 4 ਪੈਰ ਸੂਹ ਦੇ ਨਿਸ਼ਾਨ, ਹਵਾਨੇ ਦੇ ਨਿਸ਼ਾਨ। ਮੈਂ ਨਾ ਸੰਧੂ ਸਾਹਿਬ, ਚੱਡੇ ਤੇ ਵੇਖੋਗੇ ਦੋਸਤੋ, ਲੇਵੇ ਤੇ ਵੇਖੋਗੇ ਤੇ ਬੈਕ ਸਾਈਡ ਤੋਂ ਵੇਖੋ ਤੁਸੀਂ, ਠੀਕ ਹੈ। ਲੇਵੇ ਤੇ ਵੀ ਸੋਹਣਾ ਨਿਸ਼ਾਨ, ਚੰਗੇ ਪਿੱਠ ਪੁੜੇ ਦੀ ਹਾਈਟ ਮੀਡੀਅਮ ਆ, ਠੀਕ ਆ। ਕੋਈ ਵੀਰ ਆਵੇ ਤੇ ਦੂਰੋਂ ਨੇੜਿਓਂ ਆ ਰਿਹਾ, ਹਾਈਟ ਮੀਡੀਅਮ ਜੀ ਆ, ਠੀਕ ਆ, ਚੰਗੀ ਫੇਸ ਕੁਆਲਿਟੀ ਆ। ਤੇ ਰਾਜਵੀਰ, ਬਾਕੀ ਟਿੱਪਣ ਤੋਂ ਵਧੀਆ ਵੀਰੇ? ਐ ਮੈਂ ਨਾ ਸੰਧੂ ਸਾਹਿਬ, ਤੁਹਾਡੇ ਸਾਹਮਣੇ ਮੋਗੇ ਵਰਗੋਂ ਤਾਰ ਆਉਂਦੀ ਆ। ਅੱਛਾ ਜੀ। ਹਾਂਜੀ, ਐ ਮੋਟੀ ਉਂਗਲ ਜਿੰਨੀ? ਮੋਟੀ ਉਂਗਲ ਜਿੰਨੀ ਸੰਧੂ ਸਾਹਿਬ? ਅੱਛਾ ਜੀ। ਹਾਂਜੀ, ਲਿਆਓ ਵੀ। ਹਾਂਜੀ, ਲਿਆਓ ਵੀਰ, ਕੱਢ ਕੇ ਬਾਹਰ ਦਿਖਾਈਏ। ਕਰਦੇ ਕਰਦੇ। ਸੋ ਦੋਸਤੋ, ਮੱਝ ਦੂਜਾ ਸੂਆ ਸੂਣ ਵਾਲੀ ਆ, ਚੰਗੀ ਸੋਹਣੀ ਪਿੱਠ ਪੁੜੇ ਦੀ ਆ, ਹਾਈਟ ਮੀਡੀਅਮ ਆ, ਪਲੀ ਸੰਭੀ ਚੰਗੀ ਆ। ਬਿਲਕੁਲ ਬਿਲਕੁਲ, ਬਾਕੀ ਸ਼ਾਈਨਿੰਗ ਸ਼ੂਨਿੰਗ ਵੇਖੋ, ਬਿਲਕੁਲ ਚਮਕ ਦਮਕ ਵੇਖੋ,
ਤੇ ਘੱਟੋ ਘੱਟ ਵੀ 10 ਦਿਨ ਵੀਰ ਕਹਿੰਦਾ ਵਜਾ ਲੈਂਦੀ ਆ ਇਧਰ ਤੇ 15 ਨੂੰ ਜਿਹੜੇ ਦਿਨ ਪੂਰੇ ਆ 15 ਤੱਕ ਜਿਹੜਾ ਲਿਖਤੀ ਤੌਰ ਤੇ ਦੇਣ ਆਂਦੇ ਵੀ ਠੀਕ ਆ ਜੀ ਮੈਂ ਨਾ ਹਮਸਾ ਲੈ ਲਓ ਬਾਕੀ ਜਿੰਨੇ ਵੀਰ ਨੇ ਸਾਂਭੀ ਉਹਨੇ ਵੀ ਪੂਰੀ ਰੀਝ ਲਾਈ ਆ ਇਹ ਨੇ ਵੀ ਕਿਸੇ ਬੰਨਿਓ ਲਿਸੀ ਆ ਨਹੀਂ ਚੰਗੀ ਆ ਮੱਝ ਠੀਕ ਆ ਸੋ ਜਿੰਨੀਆਂ ਦੋਸਤੋ ਸਾਂਭੀ ਆ ਚੰਗੀ ਸੇਵਾ ਦੇ ਵਿੱਚ ਰਹੀ ਆ ਅਤੇ ਹਾਈਟ ਮੀਡੀਅਮ ਸੋਹਣੀ ਦੇਖ ਇਸ ਮੱਝ ਦੀ ਬਾਕੀ ਫੇਸ ਕੁਆਲਿਟੀ ਇੱਕ ਵਾਰੀ ਤੁਹਾਨੂੰ ਜ਼ਰੂਰ ਦਿਖਾਉਣੀ ਥੋੜ੍ਹਾ ਅੱਗੋਂ ਤੋਰ ਲਓ ਆ ਲਿਓ ਆ ਦੇਖੋ ਠੀਕ ਆ ਸਟੇਟ ਪਟਾ ਠੀਕ ਆ ਜੀ ਸਟੇਟ ਪਟਾ ਇਹਦੇ ਸਮਝ ਸਾਹਿਬ ਜਿੰਨੀ ਵੀ ਤਾਰੀਫ ਕਰ ਲਈਏ ਉਨੀ ਥੋੜ੍ਹੀ ਆ ਠੀਕ ਹੈ ਜੀ ਬਾਕੀ ਜਿਹੜੇ ਮੇਰੇ ਵੀਰ ਭਰਾ ਨੇ ਕਿਸੇ ਭੈਣ ਨੇ ਕਿਸੇ ਨੇ ਮੈਂ ਲੈਣੀ ਨਾ ਇੱਕ ਵਾਰੀ ਵੀਡੀਓ ਜ਼ਰੂਰ ਤਸੱਲੀ ਨਾਲ ਵੇਖਣ ਬਿਲਕੁਲ ਕਿਉਂਕਿ ਇਹ ਜਿਹੜਾ ਪਸ਼ੂ ਆ ਨਾ ਜੀ ਸਾਰਿਆਂ ਨੇ ਸਹਿਮਤੀ ਨਾਲ ਲੈਣਾ ਚਾਹੀਦਾ ਕਿਉਂਕਿ ਇੱਕ ਬੰਦੇ ਨੇ ਤਾਂ ਪੱਠੇ ਪਾਉਣੇ ਸਾਰੇ ਮੇਰੇ ਵੀਰਾਂ ਭਰਾਵਾਂ ਨੇ ਸਾਰਿਆਂ ਨੇ ਪੱਠੇ ਪਾਉਣੇ ਦੇ ਹਨਾ ਅਤੇ ਕੋਈ ਗੱਲ ਇੱਕ ਰੀਆਂ ਆਪਣੀ ਵਿਖਾ ਕੇ ਵੀਡੀਓ ਤਸੱਲੀ ਨਾਲ ਠਰਮੇ ਨਾਲ ਵੇਖ ਕੇ ਲੈਣ ਬਿਲਕੁਲ ਕੋਈ ਕਾਹਲੀ ਨਹੀਂ ਆ ਕਿਉਂਕਿ ਕਿਸੇ ਨੇ ਰਕਮ ਲਾਉਣੀ ਹੁੰਦੀ ਸੰਧੂ ਸਾਹਿਬ ਬਿਲਕੁਲ ਲਓ ਵੀ ਦੋਸਤੋ ਬਾਕੀ ਥਾਣਾ ਸਪੇਸ ਬੇਸ਼ੱਕ ਸਪੇਸ ਕੋਈ 2-3 ਇੰਚ ਦੀ ਹੋਊਗੀ ਠੀਕ ਆ ਜੀ ਬਿਲਕੁਲ ਬਿਲਕੁਲ ਸੰਧੂ ਸਾਹਿਬ ਪਿਛਲੇ ਨਾਲ ਪਿਛਲਾ ਸਾਈਜ਼ ਵਿੱਚ ਬਰਾਬਰ ਆ ਮੈਂ ਨਾ ਕੋਈ ਸ਼ੱਕ ਹੀ ਨਹੀਂ ਸੰਧੂ ਸਾਹਿਬ ਅਤੇ ਚੰਗੀ ਮੱਝ ਆ ਚੰਗਾ ਪਸ਼ੂ ਤੁਹਾਨੂੰ ਦੋਸਤੋ ਜ਼ਰੂਰ ਤੁਸੀਂ ਖਰੀਦ ਸਕਦੇ ਜੀ ਰਾਜਵੀਰ ਕਿੰਨਾ ਮੁੱਲ ਵੀਰ ਸੰਧੂ ਸਾਹਿਬ ਜੇ ਤਾਂ ਮੈਂ ਤਿਆਰ ਹੋਵੇ ਫਿਰ ਇਹਦਾ ਮੁੱਲ ਹੋਰ ਹੋਣਾ ਹੈ ਹਾਂਜੀ ਪਰ ਅੱਜ ਬਿਲਕੁਲ ਜਾਇਜ਼ 85,000 ਦੀ ਮੈਂ ਦੇ ਦਿਆਂਗੇ 2,000 ਰੁਪਇਆ ਵਿੱਚੋਂ ਮਾਨ ਤਾਨ ਕਰਾਂਗੇ 83,000 ਦੀ ਮੈਂ ਸੰਧੂ ਸਾਹਿਬ ਦੇ ਦਿਆਂਗੇ ਠੀਕ ਹੈ ਜੀ ਹਾਂਜੀ ਲਓ ਜੀ 83,000 ਦੀ ਵੀਰਾਂ ਦਾ ਵੀ ਇਹ ਜਿਹੜੀ ਮੱਝ ਦੇ ਦਾਂਗੇ ਠੀਕ ਹੈ ਬਾਕੀ ਕੋਈ ਭੈਣ ਭਰਾ ਆਊਗਾ ਮਾਨ ਤਾਨ ਕਰਾਂਗੇ ਸੰਧੂ ਸਾਹਿਬ ਜੇ ਕੋਈ ਫੋਨ ਦਾ ਹੋਵੇ ਠੀਕ ਹੈ ਲਾਵੇ ਆਪਾਂ ਨੂੰ ਮਾਨ ਤਾਨ ਕਰਾਂਗੇ ਇਹ ਕਰ ਦਿਓ ਖੁੱਲਾ ਕੇ ਕਰ ਦਿਓ ਦਿਵਾਲੀ ਦਿਵਾਲੀ ਆਉਣ ਦੀ ਪੂਰਾ ਖੁੱਲਾ ਕਰ ਦਿਓ ਕਰਦੇ ਸੁਣ 80,000 ਦੀ ਹਾਂਜੀ ਸਾਹਿਬ ਹੀ ਹੋਊਗੀ ਹਾਂ ਨਾ ਜੀ ਸੰਧੂ ਸਾਹਿਬ 80,000 ਵੀਰ ਮੈਂ ਦੇਵਾਂਗੇ 80,000 ਦੀ ਹੋ ਜੂ ਬਿਲਕੁਲ 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 ਅਗਲੀ ਮੱਝ ਆ ਗਈ ਆਪਣੇ ਕੋਲ ਜੀ ਇਹ ਸੰਧੂ ਸਾਹਿਬ ਤੇਜੇ ਸੂਏ ਮੈਂ ਆ ਇਹ ਵੀ ਗੱਪਣਾ ਜੀ ਬਿਲਕੁਲ ਇਹ ਤਿਆਰ ਹੀ ਆ ਬਸ ਮੇਰੇ ਹਿਸਾਬ ਨਾਲ ਬੋਲੀ ਅਗਲਾ ਵੀਰ ਮੇਰਾ ਹੀ ਖਾਊਗਾ ਅੱਛਾ ਹਾਂਜੀ ਘੰਟੇ ਘੰਟੇ ਡੇਢ ਘੰਟੇ ਦਾ ਸੂਬੂ ਜਾਵੇ ਹੈ ਤਿਆਰੀ ਦੇ ਬਸ ਕੋਈ ਘੰਟੇ ਤੇ ਘੰਟੇ ਤੱਕ ਸੂਬੂ ਬਸ ਸੂਬੂਗੇ ਮਾਰ ਜਿੰਨਾ ਇਹਨੂੰ ਵੀਡੀਓ ਸਵੇਰੇ ਮਤਲਬ ਅਪਲੋਡ ਜੇ ਅਗਰ ਸਵੇਰੇ ਹੋਣੀ ਆ ਸਵੇਰ ਉਹਨਾਂ ਸੂਈ ਹੋਣੀ ਜੀ ਬਿਲਕੁਲ ਜੀ ਹਾਂਜੀ ਤੇ ਜੇਰ ਜੂਰ ਪ੍ਰੋਪਰ ਪਈ ਦੀ ਵੀ ਹਾਂਜੀ ਉਹ ਆਪਾਂ ਵੀਡੀਓ ਸਾਰਾ ਕੁਝ ਨਾਲ ਦੇਵਾਂਗੇ ਸੰਧੂ ਸਾਹਿਬ ਠੀਕ ਆ ਸੂਬਾ ਕਿੰਨਾ ਸੁਣ ਜਾ ਰਹੀ ਆ ਸੰਧੂ ਸਾਹਿਬ ਘਰ ਵਾਲੇ ਤੀਜਾ ਸੂਬਾ ਕਹਿੰਦੇ ਬਾਕੀ ਆਪੋ ਆਪਣੀ ਸਮਝ ਮੰਨੋ ਕੋਈ ਨਾ ਠੀਕ ਆ ਜੀ ਹਾਂਜੀ ਲਓ ਜੀ ਸੂਬਾ ਦੋਸਤੋ ਤੀਜਾ ਸੂਨ ਜਾ ਰਹੀ ਆ ਬਾਕੀ ਹਰ ਇੱਕ ਦੀ ਆਪੋ ਆਪਣੀ ਸਮਝ ਆ ਠੀਕ ਆ ਜੀ ਆਪਦੇ ਅਕੋਰਡਿੰਗ ਦੋਸਤੋ ਇੱਕ ਤਾਂ ਸੂਬਾ ਤੁਸੀਂ ਵੱਧ ਵੀ ਮੰਨ ਲਓ ਘੱਟ ਵੀ ਮੰਨ ਲਓ ਹਰ ਇੱਕ ਦੀ ਆਪੋ ਆਪਣੀ ਸਮਝ ਤੀਜਾ ਸੂਬਾ ਮੰਨ ਕੇ ਮਿਲਦੀ ਆ ਅੱਗੋ ਵੀ ਤੀਜਾ ਮੰਨ ਕੇ ਤੁਸੀਂ ਲੈ ਕੇ ਜਾ ਸਕਦੇ ਜੀ ਲਓ ਸੋਨੇ ਭਾਅ ਕੱਢ ਕੇ ਦਿਖਾ ਦਈਏ ਕੱਢਦੇ ਕੱਢਦੇ ਤੇ ਹੈ ਪ੍ਰੋਪਰ ਤਿਆਰੀ ਹੈ ਦੋਸਤੋ ਬਿਲਕੁਲ ਤਿਆਰੀ ਤਿਆਰੀ ਹੈ ਸੰਧੂ ਸਾਹਿਬ 1-2 ਘੰਟੇ ਤੱਕ ਕੋਈ ਅੱਧੇ ਘੰਟੇ ਮੈਂ ਨਾ ਵੇਖੋ ਕਰਮ ਵਾਲੀ ਨੂੰ ਥਣ ਭਾਂਡਾ ਵੇਖੋ ਸੰਧੂ ਸਾਹਿਬ ਹਾਂਜੀ ਐਂ ਵੀ ਇਹ ਨਹੀਂ ਕੋਈ ਗੱਲ ਇਧਰ ਦੇਖੋ ਲਓ ਜੀ ਹਲੇ ਤੇ ਮਾਲਾ ਕਰੀ ਬੈਠੀ ਹੈ ਪੰਡਾ ਦੇ ਪੰਡਾ ਮੈਂ ਨਾ ਕੋਈ ਗੱਲ ਹੀ ਨਹੀਂ ਅੰਤੇ ਆ ਕੇ ਮਤਲਬ ਵਾਹਿਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਜਿਹਦੇ ਘਰ ਜਾਵੇ ਉਹਨੂੰ ਲੈਣੀਆਂ ਦੇਵੇ ਲਓ ਵੀ ਠੀਕ ਆ ਜਿੰਨੇ ਮੇਰੇ ਰਕਮ ਲਾਉਣੀ ਵੇਖੋ ਸੰਧੂ ਸਾਹਿਬ ਵਾਹ ਹੁਣ ਵੇਖੋ ਸੰਧੂ ਸਾਹਿਬ ਹੁਣ ਅਡਰਾ ਦੋਸਤੋ ਠੀਕ ਹੈ ਜੀ ਪੁੜੇ ਬਿਲਕੁਲ ਨਵਾਏ ਆ ਜਿੱਦਾਂ ਕਿ ਦੱਸਿਆ ਵੀ ਤਿਆਰੀ ਆ ਪ੍ਰੋਪਰ ਠੀਕ ਆ ਇਧਰ ਰੱਖੋ ਸੰਧੂ ਸਾਹਿਬ ਆ ਲਓ ਜੀ ਠੀਕ ਹੈ ਜੀ ਕਰਮਾਂ ਲਈ ਕਾਫੀ ਸੋਹਣਾ ਚੱਡਾ ਬਣਾਈ ਖੜੀ ਆ ਬਿਲਕੁਲ ਬਿਲਕੁਲ ਸੋ ਚੰਗਾ ਬਿਗ ਅਡਰਾ ਦੋਸਤੋ ਸਾਈਜ਼ ਚੰਗਾ ਅਡਰ ਦਾ ਤੇ ਥਾਨ ਵੀ ਪੂਰੇ ਜਿਹੜੇ ਆ ਮੁੱਠੀ ਵਾਲੇ ਤੇ ਸਪੇਸ ਵੀ 5-4 ਇੰਚ ਦੀ ਬਿਲਕੁਲ ਬਿਲਕੁਲ ਸਾਹਿਬ ਪਤਲੇ ਪਿੰਡੇ ਦੇ ਵਿੱਚ ਠੀਕ ਆ ਬਿਲਕੁਲ ਬਿਲਕੁਲ ਤੇ ਬਾਕੀ ਰਾਜਵੀਰ ਕੋਈ ਭੈਣ ਭਰਾ ਮੰਨ ਲਓ ਦੂਰੋਂ ਆ ਰਿਹਾ ਹਾਂਜੀ ਹਾਂਜੀ ਤਪਾਈ ਤਪੂਈ ਤਾਂ ਮੈਨੂੰ ਲੱਗਦਾ ਵੀ ਕੋਈ ਕਸਰ ਨਹੀਂ ਹੁੰਦੀ ਵੀ ਯਾਰ ਕਿਸੇ ਕੋਲ ਮੌਕਾ ਹੀ ਹੋਊਗੀ ਸੰਧੂ ਸਾਹਿਬ ਤਪਾਈ ਦੇਖੋ ਡੰਗਰ ਨਾ ਚੋਣ ਦਾ ਮਾੜਾ ਲੈਣਾ ਸੰਧੂ ਸਾਹਿਬ ਹਾਂ ਚੋਣ ਦਾ ਡੰਗਰ ਤੇ ਮਾੜਾ ਲੈਣਾ ਨਹੀਂ ਨਾ ਬਿਲਕੁਲ ਜੀ ਦੋ ਘਾਟ ਵੇਚ ਲਓ ਚੰਗੀਆਂ ਮਾੜਾ ਡੰਗਰ ਨਹੀਂ ਲੈਣਾ ਸਹੀ ਆ ਦੁੱਧ ਵਾਲਾ ਡੰਗਰ ਲੈਣਾ ਹਾਂ ਦੁੱਧ ਵਾਲਾ ਡੰਗਰ ਤੀਜੇ ਸੂਏ ਵਾਲਾ ਵੇਚ ਜਾਂਦਾ ਠੀਕ ਹੈ ਜੀ ਤੇ
ਸੋਹਣ ਬੁਣੇ ਨੂੰ ਨਹੀਂ ਨਾ ਨੇਰਾ ਵੇਖਣਾ ਸੰਧੂ ਸਾਹਿਬ ਦੁੱਧ ਵਾਲਾ, ਕਿਉਂਕਿ ਕਿਸੇ ਨੇ ਪੈਸੇ ਲਾਉਣੇ ਦੁੱਧ ਵਾਸਤੇ, ਦੁੱਧ ਵਾਸਤੇ ਬਿਲਕੁਲ ਜੀ। ਤੇ ਕਿੰਨਾ ਮੁੱਲ ਕਰਾਂਗੇ ਇਹਦਾ ਸੰਧੂ ਸਾਹਿਬ? ਮੁੱਲ ਦੇ 75,000 ਆ। ਹਾਂਜੀ 2,000 ਰੁਪਇਆ ਮਾਨਤਾ ਨੂੰ, 73,000 ਦੀ ਮੈਂ ਕਰਦੇ ਹਾਂ, ਬਾਕੀ ਕੋਈ ਨਹੀਂ ਭਰਾ ਮੈਂ ਕਰਾਂਗੇ ਮਾਨਤਾ ਨੂੰ, ਕੋਈ ਫੋਨ ਲਾਊਗਾ ਮਾਨਤਾ ਜ਼ਰੂਰ ਕਰਾਂਗੇ ਆਪਾਂ, ਇਹ ਨਹੀਂ ਵੀ ਮਾਨਤਾ ਨਹੀਂ ਹੋਊਗਾ, ਕੋਈ ਦੂਰੋਂ ਨੇੜਿਓਂ ਕੋਈ ਭੈਣ ਭਰਾ ਆਉਂਦਾ ਵਾ ਜ਼ਰੂਰ ਮਾਨਤਾ ਕਰਾਂਗੇ। ਠੀਕ ਆ ਜੀ, ਹਾਂਜੀ ਚੰਗੀ ਆ ਮੱਝ। ਹਾਂਜੀ ਹਾਂਜੀ ਚੰਗੀ ਆ, ਬਹੁਤ ਵਧੀਆ। ਹਾਂਜੀ ਸੋ ਦੋਸਤੋ 73,000 ਦੀ ਵਿੱਚੋਂ ਮਾਨਤਾ ਹੋ ਜਾਊਗਾ, ਠੀਕ ਹੈ। 70,000 ਦੀ ਦੇ ਦਾਂਗੇ ਸੰਧੂ ਸਾਹਿਬ, ਇੱਧਰ ਚੱਕੋ। ਹਾਂਜੀ 100,000 ਨਹੀਂ ਛੋੜ ਕਰਨੀ, ਆ 200 ਰੁਪਏ ਵਾਲੀ ਤੇ ਗੱਲ ਹੀ ਨਹੀਂ ਇੱਥੇ, 70,000 ਦੀ ਆ ਨਾ ਦੇ ਦਾਂਗੇ। ਲੈ ਵੀ ਸੋਨਾ ਭਾ 200 ਰੁਪਏ ਨੂੰ ਕੋਈ ਸਮਝਦਾ ਨਹੀਂ ਵੀ ਛੋਟ ਛਾਟ ਦੇ ਵਿੱਚ ਵੀ 2-3 ਹਜ਼ਾਰੀਆਂ ਦਾ ਵੀ ਡਾ ਦਾ, ਠੀਕ ਆ ਨਾ? ਬਿਲਕੁਲ ਸੰਧੂ ਸਾਹਿਬ, ਮਾੜਾ ਰੇਟ ਉਨੇ ਕੀ ਹੈ ਜੈ ਜੇ ਆਪਾਂ, ਕਈ ਭੈਣ ਭਰਾ ਫਿਰ ਕਹਿਣਗੇ ਵੀ ਘੱਟ ਕਰ ਲਓ ਘੱਟ ਕਰ ਲਓ, ਆਪਾਂ ਪਹਿਲਾਂ ਹੀ ਸੰਧੂ ਸਾਹਿਬ ਉਨਾ ਕੁ ਰੱਖੀਦਾ ਵਾ ਵੀ ਜਿੰਨਾ ਕੁ ਨੋਰਮਲ ਜਿਹਾ। ਬਿਲਕੁ�ਲ ਬਿਲਕੁਲ, ਆਪਾਂ ਵੀ ਰਕਮਾਂ ਲਾ ਕੇ ਸੰਧੂ ਸਾਹਿਬ ਲਈਆਂ ਹੁੰਦੀਆਂ। ਬਿਲਕੁਲ ਜੀ, ਤੋਂ ਸੋਹਣੀ ਮੱਝ ਆ, ਦੇਖ ਦੁੱਖ ਚੰਗੀ ਆ, ਲਹੂ ਪੇਤ ਵਾਲੀ ਆ, ਭਾਰੇ ਪਿੰਡੇ ਪੁੰਡੇ ਵਾਲੀ ਆ। ਬਿਲਕੁਲ ਬਿਲਕੁਲ, ਲਓ ਵੀ ਅਗਲੇ ਪਾਸੇ ਦੋ ਆ ਗਈਆਂ ਆਪਣੇ ਕੋਲ ਸੂਈਆਂ ਸਵਾਈਆਂ। ਆਹ ਸੰਧੂ ਸਾਹਿਬ ਮੈਂ ਨਾ, ਠੀਕ ਆ ਜੀ, ਆਹ ਮੈਂ ਸੰਧੂ ਸਾਹਿਬ ਆਪਾਂ ਨਾ 9 ਵਜੇ ਸਵੇਰੇ ਚੋ ਕੇ ਲਿਆਂਦੀ ਆ, ਠੀਕ ਹੈ, ਮੈਂ ਵੇਲੋ ਕਿੱਡੀ ਵੱਡੀ ਆ, ਘਰ ਵਾਲੇ ਫਿਰ ਉਹ ਗੱਲ ਆ ਕਿ ਘਰ ਵਾਲੇ ਦੂਜਾ ਹੀ ਆਉਂਦੇ ਆ, ਪਰ ਆਪਾਂ ਤੀਜੇ ਸੂਏ ਕਹਿੰਦੇ ਮੈਂ ਉਹਨੂੰ, ਚਲੋ ਇੱਕ ਤਾਂ ਸੂਆ ਵੱਧ ਦੱਸਿਆ ਕੋਈ ਚੱਕਰ, ਆਪਾਂ ਵੱਧ ਹੀ ਦੱਸਣਾ ਵਾ। ਹਾਂਜੀ, ਕਿ ਕੋਈ ਵੀਰ ਇਹ ਨਾ ਕਹੇ ਕਮੈਂਟਾਂ 'ਚ ਵੀ ਇਹ ਘਰ ਦੱਸਦੇ ਆ, ਵੇਖੋ ਦੂਜੇ ਤੋਂ ਤਾਂ ਕੋਈ ਨਹੀਂ ਟਪਾਉਂਦਾ, ਪਰ ਆਪਾਂ ਨੂੰ ਟਪਾਉਣੀਆਂ ਪੈਂਦੀਆਂ, ਕਿਉਂ ਆਪਾਂ ਨੂੰ ਜੋ ਪਿੱਛੋਂ ਦੱਸਦੇ ਦੱਸਣਾ ਪੈਂਦਾ, ਵਪਾਰੀ ਭਰਾਵਾਂ ਦਾ ਵੀ ਕਸੂਰ ਨਹੀਂ ਆ। ਬਿਲਕੁਲ, ਜੇ ਕਹਿੰਦੇ ਦੂਜੇ ਦੱਸੀ ਤਾਂ ਉਹਨਾਂ ਦੂਜੇ ਦੱਸਣੀ ਆ, ਦੂਜੇ ਦੱਸਣੀ ਆ, ਸਹੀ ਆ ਜੀ। ਠੀਕ ਹੈ ਜੀ, ਇਹ ਜਹਾਂ ਘੇਰਲੂ ਦੱਸ, ਮਤਲਬ ਜਿਹਨੇ ਘੇਰਲੂ ਸਾਂਭੀ ਹੁੰਦੀ ਉਹਨੂੰ ਤਾਂ ਪਤਾ ਹੁੰਦਾ ਸੰਧੂ ਸਾਹਿਬ ਦੂਜੇ ਕਿ ਤੀਜੇ ਆ, ਪਰ ਆਪਾਂ ਨੇ ਮਤਲਬ ਚਲੋ ਆਪਣੀ ਸਮਝਿਆ ਵੀ ਤੀਜੀ ਹੋਊਗੀ ਮੈਂ। ਹਾਂਜੀ, ਇਹਦੇ ਸਾਡੇ 10 ਕਿਲੋ ਦੁੱਧ ਆ ਸੰਧੂ ਸਾਹਿਬ। ਅੱਛਾ ਜੀ, ਮੈਂ ਕੋਲ, ਠੀਕ ਹੈ। ਹਾਂਜੀ, ਇਹ ਜਿਹੜਾ ਮਰਜ਼ੀ ਵੀਰ ਮੇਰਾ ਜਿੰਨੇ ਵੀ ਮੈਂ ਲੈਣੀ ਆ ਆਪਣੀ ਤਸੱਲੀ ਕਰਕੇ ਲਵੇ, ਠੀਕ ਆ। ਹਾਂਜੀ, ਇਹ ਸੂਆ ਤੀਜਾ ਦਿਨ ਕਿੰਨੇ ਹੋਏ? ਆ ਜੇ ਸੰਧੂ ਸਾਹਿਬ ਬੱਚਿਆਂ ਦਾ ਮਗਰ ਨਹੀਂ ਕੱਟਾ ਜੇ ਸੰਧੂ ਸਾਹਿਬ, ਮੇਲ ਆ, ਮੇਲ ਕਾਫ ਲਓ ਜੀ, ਮੇਲ ਕਾਫ ਕੱਟਾ, ਇਹਦੇ ਕੋਈ 12 ਦਾ ਮਾਲੇ, 15 ਦਾ ਮਾਲੇ, 10 ਦਾ ਮਾਲੇ, ਇਹ ਆਪੋ ਆਪਣੀ ਸਮਝਿਆ, ਠੀਕ ਆ। ਹੁਣ ਜਿਹੜੀ ਆਪਣੇ ਘਰੇ ਸੂਗੀ ਸੰਧੂ ਸਾਹਿਬ ਉਹਦਾ ਦੱਸ ਦਿਆਂਗੇ ਵੀ ਇੰਨੇ ਦਿਨਾਂ ਦੀ ਆ, ਦੂਜੀ ਦਾ ਸੰਧੂ ਸਾਹਿਬ ਆਪਾਂ ਮਤਲਬ ਕਿਵੇਂ ਦੱਸ ਸਕਦੇ ਆ, ਇੱਕ ਦੋ ਦਿਨ ਦਾ ਫਰਕ ਤੁਹਾਨੂੰ ਪਤਾ ਪੈ ਜਾਂਦਾ, 10-12 ਦਿਨ ਦਾ, 13 ਦਿਨ ਦਾ ਵੀ ਹੋਊਗਾ, 15 ਵੇਖੋ 15 ਦਾ ਵੀ ਲਾ ਸਕਦੇ ਨੇ, 2 ਦਿਨ ਵੱਧ ਲਾ ਲਓ, ਘੱਟ ਕਿਉਂ ਲਾਉਣੇ, ਆਪੋ ਆਪਣੀ ਸਮਝਿਆ ਵੀ ਪੂਰਾ ਉੱਚਾ, ਠੀਕ ਬਿਲਕੁਲ ਬਿਲਕੁਲ, ਕੱਦ ਘਾਟ ਵੇਲੋ ਮੈਂ ਦਾ ਕਿੱਦਾਂ ਸੰਧੂ ਸਾਹਿਬ, ਫੁੱਲ ਵੱਡੀ ਹਾਈਟ ਆ। ਹਾਂਜੀ, ਸੋ ਬਾਕੀ ਦੋਸਤੋ ਫੁੱਲ ਵੱਡੀ ਹਾਈਟ ਆ, ਪੂਰੇ ਉੱਚੇ ਵੱਡੇ ਕੱਦ ਕੱਟ ਦੀ ਝੋਟੀ, ਬਿਲਕੁਲ ਵੀਰ, ਮੱਝ ਮੰਨ ਲਏ, ਤੀਜੇ ਸੂਬੇ ਮੰਨ ਲਓਗੇ ਤੇ ਮੱਝ ਆ, ਦੂਜੇ ਸੂਬੇ ਪਹਿਲਾਂ ਆਪਾਂ ਮੋਸਟਲੀ ਝੋਟੀਆਂ ਕਹਿ ਦਿੰਦੇ ਆ, ਬਿਲਕੁਲ ਬਿਲਕੁਲ, ਤੀਜੇ ਸੂਬੇ ਮੰਨ ਲਓਗੇ ਤੇ ਮੱਝ ਆ, ਠੀਕ ਆ। ਇਹ ਸੰਧੂ ਸਾਹਿਬ ਸਾਂਭੀਆਂ ਜਾਣ ਤੇ ਇਹ ਨਹੀਂ ਕਰਮਾਲੀਆਂ ਕਿਸੇ ਬੰਨੇ ਵੀ ਜਾਂਦੀਆਂ, ਇਹਨਾਂ ਨੂੰ ਖੁਰਾਕ ਚਾਹੀਦੀ, ਬਸ ਖੁਰਾਕ ਚਾਹੀਦੀ ਆ, ਬਿਲਕੁਲ ਜੀ। ਤੇ ਰਾਜਵੀਰ ਹੁਣ ਮਤਲਬ ਵੀ 12-13 ਦਿਨਾਂ ਦੀ ਸੂਈ ਆਈਡੀ ਆ, ਹਾਂਜੀ, ਤੇ ਦੁੱਧ ਕਿੰਨਾ ਹੁਣ ਚਵਾ ਸੰਧੂ ਸਾਹਿਬ? 10 ਕਿਲੋ ਦੁੱਧ ਯਾਰ ਕੋਲ, 10 ਕਿਲੋ, ਹਾਂਜੀ, ਗਰੰਟਡ ਗਰੰਟਡ, ਇਹ ਨਹੀਂ ਵੀ ਗਲਾਣਾ ਹੋਊਗਾ, ਉਹ ਲੀਟਰ ਚੋਂ ਦੂਜਿਆਂ ਦੇ ਵੀ ਘੱਟਦਾ ਤੇ ਨਹੀਂ ਕੋਈ ਸੰਧੂ ਸਾਹਿਬ, ਜੇ ਘੱਟਦਾ ਹੋਵੇ ਨਾ ਮਿਹਨਤੀ ਕਰਾ ਕੇ ਦੇਣੀ ਆ, ਠੀਕ ਹੈ, ਆਪਣੇ ਘਰ ਦੀ 2 ਟਾਈਮ ਆਪਣਾ ਬੰਦਾ ਤਸੱਲੀ ਕਰਕੇ ਖੜੇ। ਲਓ ਵੀ ਭਰਾਵੋ, 10 ਕਿਲੋ ਥੋੜਾ ਕੋਈ ਬੱਚੇ ਦਾ ਕਰ, ਥੋੜਾ ਕਾਲ ਕਰ, ਬੱਚੇ ਦਾ ਕਰਕੇ ਕਰਦੀ ਹੈ 10 ਕਿਲੋ ਦੋਸਤੋ, ਸੋ ਐਨੀਮਲ ਜਿਹੜਾ ਦੋਸਤੋ ਬੱਚੇ ਦਾ ਜ਼ਿਆਦਾ ਕਰਦੇ, ਤਾਜ਼ੇ ਸੋਏ ਸਵਾਏ ਆ, ਬੱਚੇ ਦਾ ਵਧੇਰੇ ਕਰਦੇ ਆ, ਤੇ ਬਾਕੀ ਥਾਣ ਭਾਂਡਾ ਬਿਲਕੁ�ਲ ਵਿਖਾਲਾ ਪੱਧਰ ਆ, ਕੋਈ ਬਾਈ ਕੋਈ ਸਾਈਡ ਕਿਸੇ ਤਰ੍ਹਾਂ ਦਾ ਕੋਈ ਹੈਗੀ ਨਹੀਂ ਕਿਸੇ ਪਾਸੇ, ਬਿਲਕੁਲ ਬਿਲਕੁਲ ਐ ਸਾਫ ਹੈ ਜੀ ਸੰਧੂ ਸਾਹਿਬ, ਆ ਤੁਹਾਡੇ ਸਾਹਮਣੇ ਆ ਥਾਣ ਵੀ ਪੂਰਾ ਜਿਹੜਾ ਦੋਸਤੋ ਲੰਬਾਈ ਦੇ ਵਿੱਚ ਲੰਬੇ ਥਾਣ ਆ, ਠੀਕ ਆ। ਜਿਹੜੇ ਡੰਗਰ ਦਾ ਸੰਧੂ ਸਾਹਿਬ ਬਾਈ ਹੋਊਗੀ ਆਪਾਂ ਵੇਖ ਲਓ, ਪਿਛਲੀ ਵਾਰੀ ਵੀਡੀਓ ਚ ਮੀਣੀ ਦੀ ਬਾਈ ਤੇ ਬਾਈ ਦੱਸ ਕੇ ਦਿੱਤੀ ਆ, ਜਿਹੜੀ ਚੀਜ਼ ਆਪਾਂ ਦੱਸ ਕੇ ਦੇਣੀ ਆ, ਸਹੀ ਆ, ਕੱਲ ਨੂੰ ਨਾ ਅਗਲਾ ਕਵੇ ਵੀ ਭਈ ਆ ਨਹੀਂ ਤੁਸੀਂ ਵੀਡੀਓ ਦੱਸਿਆ, ਨਹੀਂ ਸਹੀ ਆ ਜੀ। ਹਾਂਜੀ, ਬਾਕੀ ਜਿੰਨੇ ਵੀਰ ਮੇਰੇ ਨੇ ਲੈਣੀ ਆ ਨਾ, ਇੱਕ ਵਾਰੀ ਜਦੋਂ ਫੋਨ ਤੇ ਸੌਦਾ ਕਰਦੇ ਉਦੋਂ ਵੀ ਭਾਵੇਂ ਆਪਣੀ ਤਸੱਲੀ ਕਰ ਲੈਣ, ਕਿਉਂਕਿ ਹੋ ਸਕਦਾ ਕੋਈ ਚੀਜ਼ ਆਪਣੇ ਤੋਂ ਵੀਡੀਓ ਚ ਮਿਸ ਵੀ ਹੋ ਸਕਦੀ ਆ, ਬਿਲਕੁਲ, ਠੀਕ ਹੈ ਜੀ, ਬਿਲਕੁਲ। ਬਾਕੀ ਆਪਣੇ ਲੋਕ ਕੋਸ਼ਿਸ਼ ਕਰੀ ਦੀ ਵੀ ਜੋ ਵੀ ਆ ਸਾਰਾ ਸੱਚ ਦੱਸਿਆ ਜਾਵੇ, ਬਿਲਕੁਲ ਜੀ। ਹਾਂਜੀ, ਤੇ ਬਾਕੀ ਦੋਸਤੋ ਤਸੱਲੀ ਤੁਸੀਂ ਕਰ ਲਿਓ, ਠੀਕ ਹੈ ਜੀ, ਹਰ ਵਾਰ ਕਹਿੰਦੇ ਆਪਾਂ, ਵੈਸੇ ਇੱਕ ਟਾਈਮ ਚਲੋ 2 ਟਾਈਮ ਹੋਰ ਥੋੜੀ ਤਸੱਲੀ ਹੋ ਜਾਂਦੀ ਹੈ, ਬਿਲਕੁਲ ਟਾਈਮ ਚੋਈ ਪਸੂ ਸੰਧੂ ਸਾਹਿਬ ਜਿੰਨੇ ਪੈਸੇ ਦੇਣੇ ਆ ਉਹਦਾ ਫਰਜ਼ ਬਣਦਾ ਵਾ ਵੀ ਆਪਣੀ ਤਸੱਲੀ ਕਰੇ, ਬਿਲਕੁਲ ਜੀ। ਠੀਕ ਹੈ ਜੀ, ਕਿੰਨਾ ਮੁੱਲ ਕਰਦੇ ਰਾਜਵੀਰ ਸੰਧੂ ਸਾਹਿਬ?
ਇਹਦਾ ਮੁੱਲ ਵੀ ਜਾਇਜ਼, ਬਿਲਕੁਲ ਹੀ ਜਾਇਜ਼ ਕਰ ਦੇਣਾ ਆਪਾਂ। ਇਹਦਾ ਕੋਈ 80 ਨਹੀਂ 85 ਨਹੀਂ 75,000 ਦੀ ਮੈਂ ਦੇ ਦਿਆਂਗੇ। 75,000 ਦੀ? ਹਾਂਜੀ, 2,000 ਛੋਟ ਕਰ ਦਿਆ, 73,000 ਦੀ ਆ ਉਹ ਦੇ ਦਿਆਂਗੇ ਮੈਂ। 73,000 ਦੀ ਦੇ ਦਾਂਗੇ ਸੰਧੂ ਸਾਹਿਬ। ਹਾਂਜੀ 72 ਦੀ ਦੇ ਦਾਂਗੇ, ਜੋ 71.5 ਦੀ ਸੰਧੂ ਸਾਹਿਬ ਦੇ ਦਿਆਂਗੇ। 71.5 ਦੀ? ਹਾਂਜੀ। ਹੋਰ ਪੂਰੇ 70 ਦੀ ਦੇ ਦਾਂਗੇ, ਪੂਰੇ 70 ਦੀ। ਹੋਰ ਕੋਈ ਗੁੰਜਾਇਸ਼? ਹੋਰ ਸੰਧੂ ਸਾਹਿਬ ਕੋਈ ਗੁੰਜਾਇਸ਼ ਨਹੀਂ, ਹੁਣ ਛੋਟ ਹੀ ਹੋਣੀ ਜੀ, ਹੁਣ ਛੋਟ ਹੀ ਹੋਣੀ ਜੀ। ਚਲੋ ਮੈਂ ਕਿੱਡੀ ਆ ਭਾਈ ਕਰਤੀਆਂ ਦੋਵੇਂ ਮੱਝਾਂ, ਮੈਂ 70 ਤੋਂ ਛੋਟ ਹੀ ਹੋਣੀ ਫਿਰ। ਹਾਂਜੀ ਠੀਕ ਆ, ਕੋਠੇ ਜਿਹੜੀ ਝੋਟੀ ਆ, ਬਰਾਂਡੇ ਜਿਹੜੀ? ਬਿਲਕੁਲ 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 ਜੀ ਬਿਲਕੁਲ। ਹਾਂਜੀ ਬਿਲਕੁਲ, ਜਿਹੜੀ ਦੋਸਤੋ ਬਰਾਂਡੇ ਜਿੱਡੀ ਝੋਟੀ ਆ ਵੀ ਉੱਤੇ ਬੰਦਾ ਚੜ ਕੇ ਤੇ ਕੋਠੇ ਚੜ ਸਕਦਾ। ਹਾਂਜੀ ਠੀਕ ਆ, ਤੇ ਮੱਝ ਝੋਟੀ ਕੋਈ ਵੀਰ ਮੰਨ ਲੈ ਫੁੱਲ ਵੱਡੇ ਹਾਈਟ ਕੱਦ ਦੀ 10 ਕਿਲੋ ਤੋਂ ਦਿਖਾ ਜਾਣਾ, ਠੀਕ ਆ। ਹਾਂਜੀ ਤੇ ਪਸੰਦ ਆਊਗੀ, 70,000 ਚੋਂ ਮਾਨ ਤਾਨ ਛੋਟ ਛੱਪਾ ਹੋ ਜਾਊਗਾ। ਲੈ ਵੀ ਰਾਜਵੀਰ ਸਿੰਘ, ਅਗਲੇ ਪਾਸੇ ਕਿਹੜਾ ਪਸ਼ੂ ਆ? ਅਗਲੇ ਬੰਨੇ ਸੰਧੂ ਸਾਹਿਬ, ਇਹਦੇ ਮਗਰ ਕੱਟੀ ਆ ਤੇ ਦੂਜਾ ਸੁਗਾ ਦੇ ਝੋਟੀ। ਅੱਛਾ ਜੀ। ਹਾਂਜੀ ਆਹ ਵੀਰ ਮੇਰਾ, ਮਤਲਬ ਕੋਈ ਵੀ ਆ ਇਹਨੂੰ ਦਾਗ ਮੰਨ ਲੇ, ਚਾਹੇ ਇਹਨੂੰ ਫਲੈਰੀ ਮੰਨ ਲੇ, ਠੀਕ ਹੈ। ਇਹ ਮੇਰਾ ਸਾਹਮਣੇ ਦੱਸਦਾ ਵੀ ਆ ਕੋਈ ਦੱਸਦਾ, ਇਹ ਨਾ ਅਸਲ 'ਚ ਮੈਂ ਮਤਲਬ ਜੇ ਆਈ ਆ ਮਤਲਬ ਡੇਰੀ ਤੋਂ ਲਈ ਆ, ਹਾਂਜੀ ਅੰਦਰ ਹੀ ਵੱਜੀ ਰਹੀ ਮੈਂ। ਬਿਲਕੁਲ ਠੀਕ ਹੈ ਜੀ। ਤੇ ਇਹਦੇ ਥੱਲੇ 11 ਕਿਲੋ ਦੁੱਧ ਹੋ ਸਕਦਾ, ਪਰ 10 ਕਿਲੋ ਦੀ ਗਰੰਟੀ ਆ ਮੈਂ ਦੀ। ਸੂਆ ਦੂਜਾ ਜੇ, ਆਹ ਬੱਚਾ ਜੇ ਦਾ ਮਗਰ ਕੱਟੀ ਜੇ ਤੇ? ਹਾਂਜੀ ਕੱਟੀ ਕੱਟੀ ਮਗਰ ਕੱਟੀ ਆ। ਹਾਂਜੀ ਵੀ ਦੱਸਾਂ ਕਿ ਦਿਨਾਂ ਦੀ ਸੂਈ ਆ? ਬਿਲਕੁਲ ਬਿਲਕੁਲ ਜੀ। ਸੂਆ ਕੋਈ ਦੂਜਾ ਮੰਨ ਲੈ, ਹੈ ਨਾ? ਇਹ ਦਾਹਾਂ ਕਿ ਦਿਨਾਂ ਦੀ ਸੰਧੂ ਸਾਹਿਬ? ਠੀਕ ਹੈ, ਦੁੱਧ ਕਿੰਨਾ ਚ ਵਾਦਾਂਗੇ ਰਾਜਵੀਰ ਸਿੰਘ? ਸੰਧੂ ਸਾਹਿਬ 10 ਕਿਲੋ ਠੰਡਾ ਕਿਲੋ ਦੁੱਧ ਆ। 10 ਕਿਲੋ? ਹਾਂਜੀ ਦੱਸਾਂਗੇ 10। ਠੀਕ ਆ ਜੀ। ਹਾਂਜੀ ਲਓ ਵੀ ਦੋਸਤੋ, 10 ਕਿਲੋ ਦੁੱਧ ਤੁਸੀਂ ਮੰਨ ਕੇ ਸੌਦਾ ਕਰ ਲਿਓ, 10 ਦਿਨਾਂ ਦੀ ਸੂਈ ਆ, ਸੂਆ ਦੂਜਾ ਮਗਰ ਕੱਟੀ ਆ। ਆਪਾਂ ਦੇ ਜੋ ਕੁਝ ਸਾਹਮਣੇ ਦੱਸਦਾ ਰਹੇ ਸੰਧੂ ਸਾਹਿਬ, ਕੋਈ ਵੀ ਭੈਣ ਭਰਾ ਇਹ ਨਾ ਕਵੇ ਵੀ ਦੱਸਿਆ ਨਹੀਂ ਕੁਝ। ਨਾ ਲਓ ਜੀ ਚਵਾਈ ਚੁਵੀ ਸੋਹਣੀ ਮੈਂ ਨਾ ਸੰਧੂ ਸਾਹਿਬ, ਬਾਕੀ ਜਿੰਨਾ ਕੁ ਆਪਾਂ ਦਾ ਭਾਅ ਕਰ ਦੇਣਾ ਉਹ ਬਹੁਤ ਜ਼ਿਆਦਾ ਜਾਇਜ਼ ਆ। ਸੋ ਹਾਈਟ ਕੱਦ ਦੀ ਇਹ ਵੀ ਪੂਰੀ ਉੱਚੀ ਆ, ਬਿਲਕੁਲ ਬਿਲਕੁਲ ਮੀਡੀਅਮ ਜੀ ਆ, ਛੋਟੀ ਨਹੀਂ ਹੈਗੀ, ਠੀਕ ਹੈ। ਮੀਡੀਅਮ ਤੋਂ ਥੋੜ੍ਹੀ ਜਿਹੀ ਪਲੱਸ ਨੂੰ ਹਾਈਟ ਆ, ਬਿਲਕੁਲ ਸਿੰਗਲ ਖੱਡੀ ਦੇ ਵਿੱਚ ਆ, ਮਗਰ ਕੱਟੀ 10 ਕਿਲੋ ਧਾਰਾਂ ਦੋਸਤੋ, ਬਿਲਕੁਲ ਚਵਾਪ ਸਮਾਂ 1 ਨੰਬਰ ਆ। ਕੋਈ ਭੂਰ ਸ਼ਰਟ ਹੋਇਆ ਤਾਂ ਜ਼ਰੂਰ ਦੱਸ ਦਿਓ, ਮੈਂ ਨਾ ਸੰਧੂ ਸਾਹਿਬ ਉਹ ਪਹਿਲਾਂ ਹੀ ਦੱਸ ਦਾਂਗੇ ਜੇ ਭੂਰ ਸ਼ਰਟ ਆ ਉਤੇ। ਠੀਕ ਹੈ ਮਹਾਰਾਜ। ਹਾਂਜੀ ਤੇ ਕਿੰਨਾ ਕਰਦਾ ਨਾ ਸੰਧੂ ਸਾਹਿਬ? ਜੇ ਤੇ ਆ ਦਾਗ ਦੂਜੇ ਜੇ ਨਾ ਹੁੰਦੇ ਫਿਰ ਤਾਂ ਝੋਟੀ 85,000 ਦੀ। ਹਾਂਜੀ ਪਰ ਨਾ ਹੁਣ ਇਹਦਾ 85 ਨਾ 80 ਨਾ 75 ਨਾ 70, 65,000 ਦੀ ਝੋਟੀ ਦੇ ਦਿਆਂਗੇ ਸੰਧੂ ਸਾਹਿਬ। ਉਹਦੇ ਵਿੱਚੋਂ ਵੀ ਮਾਨਤਾਨ ਕਰਾਂਗੇ, 63,000 ਦੀ ਝੋਟੀ ਦੇ ਦਿਆਂਗੇ। 63,000? ਹਾਂਜੀ ਠੀਕ ਆ ਜੀ। ਦੱਸੋ ਮਹਾਰਾਜ ਹੋਰ ਤੁਸੀਂ? 62,000 ਦੀ ਦੇ ਦਾਂਗੇ ਸੰਧੂ ਸਾਹਿਬ। 62,000 ਦੀ? ਹਾਂਜੀ 62,000 ਦੀ ਝੋਟੀ, ਠੀਕ ਆ ਜੀ। ਸੋ 62,000 ਦੀ ਝੋਟੀ ਜਿਹੜੀ ਆ ਦੋਸਤੋ ਮਿਲ ਜੂਗੀ, ਠੀਕ ਆ। ਬਾਕੀ ਹਰ ਕਬੀਰ ਦੀ ਆਪੋ ਆਪਣੀ ਸਮਝ ਆ, ਆਣ ਕੇ ਤੁਸੀਂ ਇੱਕ ਵਾਰੀ ਵੇਖ ਸਕਦੇ। ਬਿਲਕੁਲ ਬਿਲਕੁਲ, ਰੇਟ ਲਾਉਣ ਤੋਂ ਪਹਿਲਾਂ ਇੱਕ ਵਾਰੀ ਤਸੱਲੀ ਕਰ ਲਿਓ, ਪਰ ਚੀਜ਼ ਚੰਗੀ ਆ। ਬਿਲਕੁਲ ਬਿਲਕੁਲ, ਨਿਸ਼ਾਨ ਪ੍ਰੋਪਰ ਹੈਗੇ ਜ਼ਰੂਰ, ਨਹੀਂ ਤਾਂ ਵੀਰਾਂ ਦਾ ਵੀ ਘੱਟੋ ਘੱਟ ਵੀ ਹੋਰ ਵੀ ਕੋਸਟਲੀ ਆ, ਹੋਰ ਵੀ ਮਹਿੰਗੀ ਹੋ ਸਕਦੀ ਸੀਗੀ। ਬਿਲਕੁਲ ਬਿਲਕੁਲ, ਹਾਲ ਥੋੜ੍ਹਾ ਜਿਹਾ ਨਿਸ਼ਾਨ, ਚਾਹੇ ਕੋਈ ਵੀਰ ਫਲੈਰੀ ਮੰਨ ਲਏ, ਚਾਹੇ ਵੈਸੇ ਧੱਬੇ ਦਾਗ ਮੰਨ ਲਏ, ਉਹ ਤੁਹਾਡੇ ਬਿਲਕੁਲ ਸਾਹਮਣੇ ਆ, ਠੀਕ ਆ ਜੀ, ਜਿਹੋ ਜੀ ਕਿਸੇ ਵੀਰ ਦੀ ਸਮਝ ਆ। ਹਾਂਜੀ ਤੇ ਅੱਛਾ ਰਾਜਵੀਰ ਸਿੰਘ, ਪਸ਼ੂ ਅੱਜ ਇਹੋ ਸੀ ਆਪਣੇ ਕੋਲ? ਬਿਲਕੁਲ ਬਿਲਕੁਲ ਜੀ ਬਿਲਕੁਲ, 4 ਪਸ਼ੂ ਸੀਗੇ। ਹਾਂਜੀ ਤੇ ਨੰਬਰ ਜ਼ਰੂਰ ਬੋਲ ਦਿਓ। ਨੰਬਰ ਜ਼ਰੂਰ ਸੰਧੂ ਸਾਹਿਬ, 9157-88-04-44। ਠੀਕ ਹੈ ਭਰਾ ਜੀ। ਹਾਂਜੀ ਸੋ ਨੰਬਰ ਜਿਹੜੇ ਆ ਦੋਸਤੋ ਬਿਲਕੁਲ ਆਪਾਂ ਸਕਰੀਨ ਦੇ ਥੱਲੇ ਚੱਲਦੇ ਕਰ ਦਈਦੇ ਆ, ਵੀਰ ਰਾਜਵੀਰ ਸਿੰਘ ਹੋਣਾ ਦੇ ਨੰਬਰਾਂ 'ਤੇ ਤੁਸੀਂ ਕਾਲ ਕਰਕੇ ਗੱਲਬਾਤ ਕਰ ਲਿਓ, ਐਨੀਮਲ ਜਿਹੜਾ ਪਸੰਦ ਆਊਗਾ ਆਪਦਾ ਹੱਕ ਸਮਝ ਕੇ ਤਸੱਲੀ ਜ਼ਰੂਰ ਕਰ ਲਿਓ, ਠੀਕ ਆ। ਓਕੇ ਜੀ, ਓਕੇ ਠੀਕ ਆ ਜੀ। ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।